सत श्री अकाल जी। डी फाइव चैनल पंजाबी देख रहे सारे दर्शकों का स्वागत है। महेंद्र जी सिंह टवाणा पंजाब के मौजूदा हालातों से श्री अकाल तख्त साहब के जथेदार ज्ञानी हरप्रीत सिंह ने चिंता बुटाई है, जिस तो बाद उन्होंने सिख संपर्दावां ते संस्थावां की मीटिंग बुलाई है। यह मीटिंग 27 मार्च में होगी, जिसकी जानकारी श्री अकाल तख्त साहब के सकत्रेत वालों दी गई है। तो उन्होंने वालों एक पोस्टर भी सोशल मीडिया उत्ते जारी किया गया है। इस पोस्टर में दसाया गया है कि यह सांझी विशेष एकत्रता 27 मार्च में दोपहर 12 बजे अमृतसर में होगी। जथेदार ज्ञानी हरप्रीत सिंह के निजी सकत्र जसपाल सिंह ने इस एकत्रता बारे पुष्टि की है। इस विशेष एकत्रता के एजेंडे में पंजाब के मौजूदा हालात, सिखा के मन में लंबे समय तो बने बेचैनी वाले माहौल, सिख नौजवानों की नाजायज गिरफ्तारियों बारे विचार वटांदरा करना शामिल है। पूरे मामले से साढ़े सहयोगी अनिल ठाकुर वालों SGPC मैंबर गुरबख्श सिंह खालसा नाल गलबात की गई। मेरा नाम है गुरबख्श सिंह खालसा जी, SGPC के मैंबर ने उन्होंने गलबात की। खालसा जी, की क्यों बुलाया जा रहा है अमृतसर जी? देखो, जिहड़ा घटनाक्रम पिछले 4-5 दिन चो पंजाब च चल रहा, और जिस पद्धति दे उत्ते भाई अमृतपाल सिंह दे आड़ दे विच नौजवानों दी धड़ाधड़ गिरफ्तारियां होईयां जी। और इतों तक कि जिहड़े एक नॉर्मल नौजवान सीगे जिन्हां दे खिलाफ कोई वड्डा कोई क्राइम नहीं सीगा, कोई परचा नहीं दर्ज सीगा, उन्हां ते वी NSA वर्गे जिहड़े काले कानून है थोप के उन्हां नूं पंजाब तों बाहर भेज दिता गया जी। ते इन्हां सारिआं हालातां दे विच जिहड़ी अज कौम है उह हमेशा ही उहदी जदों इहो जिही कोई भीड़ बणदी है उहदी टेक जिहड़ी श्री अकाल तख्त साहिब ते हुंदी आ। और अज भी कौम दे विच आवाज़ उठ रही थी कि श्री अकाल तख्त साहिब इस मसले दे उत्ते देख रहे थे कि अकाल तख्त साहिब अपना रोल निभाउंदा। मैं समझता कि सिंह साहब ने 27 तरीक में जो फैसला लिया कि जिहड़ियां जिन्नियां पंथक जथेबंदियां ने, चाहे स्टूडेंट ऑर्गेनाइजेशन ने, चाहे कोई समाज सेवी संस्थावां ने, उन्होंने जिन्ने प्रमुख ने, चाहे दल पंथ ने, संप्रदावां ने, उन्होंने सारिआं नूं उस दिन श्री अकाल तख्त साहिब ते सद्दिया है ਤਾਂ ਜੋ ਭਵਿੱਖ ਦੀ ਰਣਨੀਤੀ ਜਿਹੜੀ ਉਹ ਤੈਅ ਕੀਤੀ ਜਾ ਸਕੇ, ਔਰ ਇਹੋ ਜਿਹੇ ਹਾਲਾਤਾਂ ਵਿੱਚੋਂ ਕੌਮ ਨੂੰ ਕਿਸ ਤਰ੍ਹਾਂ ਬਾਹਰ ਕੱਢਣਾ, ਤੇ ਕਿਸ ਤਰ੍ਹਾਂ ਜਿਹੜੇ ਸਾਡੇ ਨੌਜਵਾਨ ਹੈਗੇ ਜਿਹਨਾਂ ਨੂੰ ਪਿਛਲੇ 1-1 ਹਫ਼ਤੇ ਤੋਂ ਲਗਭਗ ਇਹਨਾਂ ਨੇ ਬੰਦੀ ਬਣਾ ਕੇ ਜੇਲ੍ਹਾਂ 'ਚ ਭੇਜਿਆ ਹੈ, ਤੇ ਉਹਨਾਂ ਦੀ ਰਿਹਾਈ ਲਈ ਤੇ ਅਗਲੇ ਕਿਹੋ ਜਿਹੀ ਰਣਨੀਤੀ ਘਾੜਨੀ ਹੈ ਉਹਦੇ ਲਈ ਮੈਂ ਸਮਝਦਾ ਕਿ ਇਹ ਜਿਹੜੀ ਇਕੱਤਰਤਾ ਉਹ ਬੁਲਾਈ ਗਈ ਆ ਜੀ। BJP ਸਾਥ ਦੇ ਰਹੀ ਹੈ ਪੰਜਾਬ ਸਰਕਾਰ ਦਾ ਜੀ ਪੂਰਾ, ਹੁਣ ਪੰਜਾਬ ਸਰਕਾਰ ਵੀ ਪੂਰੇ ਹੱਕ 'ਚ ਆ, ਕਹਿੰਦੇ ਫੜਨਾ ਚਾਹੀਦਾ ਸੀ ਅੰਮ੍ਰਿਤਪਾਲ ਨੂੰ, ਜੋ ਕਰ ਰਹੇ ਹਾਂ ਸਹੀ ਕਰ ਰਹੇ ਹਾਂ ਜੀ। ਦੇਖੋ, BJP ਦਾ ਆਪਣਾ ਏਜੰਡਾ ਜੀ ਜੀ, ਇਹ ਜਿੰਨੀ ਵੀ ਖੇਡ ਖੇਡੀ ਗਈ ਹੈ ਮੈਂ ਸਮਝਦਾ ਕਿ ਉਹਦੇ ਵਿੱਚ ਅੰਮ੍ਰਿਤਪਾਲ ਨੂੰ ਮੋਹਰੇ ਚਿਹਰਾ ਰੱਖ ਕੇ ਤੇ ਸਿੱਖਾਂ ਨੂੰ ਪੂਰੇ ਵਰਲਡ ਲੈਵਲ ਦੇ ਉੱਤੇ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜੀ ਆ ਪਿਛਲੇ ਸਮੇਂ ਤੋਂ ਚੱਲ ਰਹੀ ਸੀ, ਕਿਉਂਕਿ ਸਿੱਖਾਂ ਨੇ ਜਿਸ ਤਰੀਕੇ ਨਾਲ ਪੂਰੇ ਵਰਲਡ ਲੈਵਲ ਦੇ ਉੱਤੇ ਆਪਣੀ ਇੱਕ ਛਵੀ ਬਣਾਈ, ਚਾਹੇ ਕੋਰੋਨਾ ਕਾਲ ਸੀ ਜਾਂ ਉਸ ਤੋਂ ਬਾਅਦ ਵੀ ਕਿਸੇ ਵੀ ਦੇਸ਼ ਵਿੱਚ ਕੋਈ ਆਫਤ ਆਈ, ਤੇ ਸਿੱਖਾਂ ਨੇ ਇੱਕ ਬਹੁਤ ਵੱਡਾ ਹਰੇਕ ਥਾਂ ਦੇ ਉੱਤੇ ਆਪਣਾ ਰੋਲ ਨਿਭਾਇਆ। ਪਰ ਇਹ ਇਸ ਕਰਕੇ ਅੱਜ ਜਿਹੜੀ ਵੱਡੀ ਪੱਧਰ ਦੇ ਉੱਤੇ, ਖਾਸ ਕਰਕੇ ਜਿਹੜੀ ਭਾਜਪਾ ਹੈਗੀ, ਕਿਉਂਕਿ ਉਹਦਾ ਆਪਣਾ ਏਜੰਡਾ ਹੈਗਾ, ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੈਗੇ ਆ, ਔਰ ਉਸ ਏਜੰਡੇ ਦੇ ਵਿੱਚ ਉਹਨਾਂ ਨੂੰ ਇਹ ਪਤਾ ਵੀ ਪੰਜਾਬ ਦੇ ਵਿੱਚ ਜਿਹੜੇ ਸਿੱਖ ਨੇ, ਜਦੋਂ ਤੱਕ ਇਹਨਾਂ ਦੇ ਚਿਹਰੇ ਨੂੰ ਅਸੀਂ, ਕਿਉਂਕਿ ਇਹ ਬਹੁਤ ਵੱਡਾ ਹੋਊਗਾ ਬਣਾਇਆ ਜਾ ਰਿਹਾ ਸੀ ਕਿ ਪਤਾ ਪੰਜਾਬ ਵਿੱਚ ਖਾਲਿਸਤਾਨ ਦੀ ਲਹਿਰ ਬਹੁਤ ਵੱਡੀ ਪੱਧਰ 'ਤੇ ਜਿਹੜੀ ਉਹ ਖੜੀ ਹੋਣ ਜਾ ਰਹੀ ਆ, ਅਤੇ ਇਸ ਸਾਰੀ ਖੇਡ ਦੇ ਵਿੱਚ ਹੀ ਜਿਹੜਾ ਆਹ ਜੋ ਘਟਨਾਕ੍ਰਮ ਵਾਪਰਿਆ ਉਹਦੇ ਇਮਜ ਵਿੱਚ ਹੀ ਸਾਰਾ ਕੁਛ ਹੋਇਆ। ਤੇ ਮੈਂ ਸਮਝਦਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਪੰਜਾਬ ਦੇ ਵਿੱਚ, ਕਿ ਪੰਜਾਬ ਦੇ ਲਾ ਐਂਡ ਆਰਡਰ ਦੀ ਕੋਈ ਕੋਈ ਸਥਿਤੀ ਹੈਗੀ ਆ, ਤੇ ਜੇ ਅੱਜ ਲਾ ਐਂਡ ਆਰਡਰ ਜੇ ਗੁਸਤਾਖ ਉਹ ਜਿਹੜੇ ਸਮੇਂ ਦੀ, ਚਾਹੇ ਸੈਂਟਰ ਦੀ ਸਰਕਾਰ ਦੇ ਚਾਹੇ ਸਟੇਟ ਦੀ ਸਰਕਾਰ ਆ, ਉਹ ਪੰਜਾਬ ਦੇ ਹਾਲਾਤ ਖਰਾਬ ਕਰਕੇ ਆਪਣਾ ਜਿਹੜਾ ਸਿਆਸੀ ਮੁਫਾਦ ਆ ਉਹਦੇ ਵਿੱਚ ਉਹ ਆਪਣਾ ਰੋਟੀਆਂ ਸੇਕਣ ਦੇ ਯਤਨ ਕਰ ਰਹੀ ਆ ਜੀ। ਧੰਨਵਾਦ ਤੁਹਾਡਾ ਜੀ, ਖਾਲਸਾ ਜੀ, ਹਾਂ ਸਤਿ ਸ਼੍ਰੀ ਅਕਾਲ। ਇਸ ਸੰਬੰਧੀ ਜਾਰੀ ਕੀਤੇ ਗਏ ਪੋਸਟਰ 'ਚ ਦੱਸਿਆ ਗਿਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਜਾਬ ਦੀਆਂ ਸ਼੍ਰੋਮਣੀ ਸਿੱਖ ਸੰਸਥਾਵਾਂ, ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ, ਬੁੱਧੀਜੀਵੀਆਂ, ਵਕੀਲਾਂ, ਪੱਤਰਕਾਰਾਂ ਦੇ ਆਦਿ ਦੇ ਨੁਮਾਇੰਦਿਆਂ ਨਾਲ ਇਸ ਏਜੰਡੇ ਬਾਰੇ ਗੱਲਬਾਤ ਕੀਤੀ ਜਾਵੇਗੀ। ਸਮੂਹ ਧਿਰਾਂ ਨਾਲ ਵਿਚਾਰ ਉਪਰੰਤ ਅਕਾਲ ਤਖ਼ਤ ਦੀ ਅਗਵਾਈ ਹੇਠ ਭਵਿੱਖੀ ਵਿਉਂਤਬੰਦੀ ਕੀਤੀ ਜਾਵੇਗੀ। ਬੀਤੇ ਦਿਨੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਪੰਜਾਬ ਸਰਕਾਰ ਨੂੰ ਮੌਜੂਦਾ ਹਾਲਾਤ ਬਾਰੇ ਸਥਿਤੀ ਸਪਸ਼ਟ ਕਰਨ ਲਈ ਕਿਹਾ ਸੀ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ SGPC ਮੈਂਬਰ ਅਤੇ SGPC ਪ੍ਰਧਾਨ ਹਰਜਿੰਦਰ ਧਾਮੀ ਦਾ ਵੱਡਾ ਬਿਆਨ ਸਾਹਮਣੇ ਆਇਆ ਸੀ। ਉਹਨਾਂ ਕਿਹਾ ਸੀ ਕਿ ਪੰਜਾਬ ਵਿੱਚ ਹਾਲਾਤ ਵਿਗੜ ਰਹੇ ਹਨ ਅਤੇ ਸਿੱਖ ਨੌਜਵਾਨਾਂ ਨੂੰ ਨਜਾਇਜ਼ ਤਰੀਕੇ ਨਾਲ ਚੁੱਕਿਆ ਜਾ ਰਿਹਾ ਹੈ। ਹੁਣ ਦੇਖਣਾ ਪਵੇਗਾ ਕਿ ਇਸ ਮੀਟਿੰਗ ਵਿੱਚ ਕੀ ਫੈਸਲਾ ਲਿਆ ਜਾਂਦਾ ਹੈ। ਕੈਮਰਾਮੈਨ ਜੌਨਸਨ ਦੇ ਨਾਲ ਮੈਂ ਦਰਜੀਤ ਸਿੰਘ ਟਵਾਣਾ, D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ,
संघर्षां वाली जिंदगी ते मारांगे झाल। की ने साडे कानून फर्ज ते अधिकार, की करदी है साडी सरकार, की है तुहाडी मुश्किल दा हल। D5 चैनल पंजाबी दी कचहरी च होवेगी सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती अपने लोक। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।